ਜਿਵੇਂ ਕੱਲ ਪਰਸੋਂ ਤਰਨ ਤਰਨ ਦੀ ਕੁੜੀ ਐਜ਼ ਵੈਲ ਐਜ਼ ਕਰਨ ਲੱਗੀ ਸੀ ਅੱਜ ਕੱਲ ਬਹੁਤ ਵੀਡੀਓ ਲੀਕ ਹੋ ਰਹੀਆਂ ਤਾਂ ਬੜੋ ਟਰਸਟ ਨਾ ਕਰੋ ਕਿਸੇ ਤੇ ਟਰਸਟ ਨਾ ਕਰੋ ਜੇ ਤਾਂ ਤੁਰੀ ਜਾਂਦੀ ਆ ਤਾਂ ਕੈਮਰਾ ਚੱਲੀ ਜਾਊਗਾ ਪਿੱਛੋਂ ਉਹਦੀ ਗੁਜ਼ਾਰਿਸ਼ ਹੈ ਉਹ ਮੁੰਡਿਆਂ ਨੂੰ ਜਿਹੜੇ ਆਪਦੀਆਂ ਘਾਲੇ ਦਾ ਗੁੱਟ ਫੜ ਫੜ ਕੇ ਮੂਹਰੇ ਕਰਦੇ ਆ ਅਤੇ ਵਿਊਜ਼ ਲਈ ਸਾਰੇ ਕੁਛ ਹੋਰ ਨਾ ਮੂਹਰੇ ਕਰੀ ਜਾਇਓ ਫਿਰ ਸਾਨੂੰ ਇਹ ਵੀ ਪਤਾ ਕਿ ਸਾਡੀ ਤਾਰੀਫ ਕਿਸ ਨੇ ਕਰਨੀ ਅਸੀਂ ਖੁਦ ਹੀ ਕਰ ਲੈਂਦੇ ਹਾਂ ਮੈਂ ਵੈਲਕਮ ਹੈ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਤੁਹਾਨੂੰ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੋਣੀ ਆ ਮਤਲਬ ਡਿਸਟਰਬੈਂਸ ਗੱਡੀ ਦੀ ਗੱਡੀ ਜਾ ਰਹੀ ਹੈ ਸ਼ੂਟਾਂ ਵੱਟ ਦੀ ਲਾਈਟ ਚਲਾ ਕੇ ਗੱਲ ਕਰ ਰਹੇ ਹਾਂ ਹਾਈਵੇ ਦੇ ਉੱਤੇ ਜਾ ਰਹੇ ਹਾਂ ਆਪਾਂ ਜ਼ਿਆਦਾ ਟਾਈਮ ਗੱਲ ਨਹੀਂ ਕਰ ਸਕਦੇ ਕਿਉਂਕਿ ਅਗਰ ਪੁਲਿਸ ਨੇ ਦੇਖ ਲਿਆ ਤਾਂ ਫਿਰ ਉਹ ਸਾਨੂੰ ਪੁੱਛਗਿੱਛ ਕਰ ਸਕਦੀ ਹੈ ਹੈ ਨਾ ਆਪਾਂ ਜਾ ਰਹੇ ਹਾਂ ਕੰਮ ਆਪਾਂ ਅਤੇ ਜਿਹੜੇ ਜਿਹੜੇ ਕੰਮ ਜਾਵਾਂਗੇ ਉਹ ਫਿਰ ਨਾਲ ਤੁਸੀਂ ਚੱਲੋਗੇ ਸਾਡੇ ਠੀਕ ਹੈ ਜੀ ਕਿਉਂ ਸਲੀਮ ਜੀ ਚੱਲ ਠੀਕ ਆ ਅਤੇ ਬਾਹਰਲਾ ਮਾਹੌਲ ਦਿਖਾਉਣਾ ਤੁਹਾਨੂੰ ਰਾਤ ਦੇ ਵੱਜਦੇ ਆ ਨੌ ਅਸੀਂ ਮਾਹੌਲ ਤਾਂ ਇੱਦਾਂ ਬਣਾਇਆ ਮਤਲਬ ਕਿ ਇੱਕ ਸਟੇਸ਼ਨ ਲੱਭਦੇ ਪਏ ਹਾਂ ਯਾਰ ਜਾਣੀ ਦੇਖਦੇ ਹਾਂ ਜਾ ਕੇ ਕੀ ਮਾਹੌਲ ਬਣਦਾ ਧੁੰਦ ਵੀ ਦਿਖਾਉਂਦੇ ਹਾਂ ਨਜ਼ਾਰੇ ਨਜ਼ਾਰੇ ਕਾਹਦੇ ਟਾਈਮ ਪਾਸ ਆ ਇਹ ਜਲੇਬੀ ਖੋਏਗਾ ਜਲੇਬੀ ਖਾਵਾਂਗੇ ਅੱਜ ਚੱਲ ਉਹ ਜਿਹੜੀ ਖੋਏ ਵਾਲੀ ਹੁੰਦੀ ਆ ਉਹ ਖੋਆ ਜਿਹਾ ਪਾ ਕੇ ਦਿੰਦੇ ਹੁੰਦੇ ਆ ਜਲੇਬ ਹਾਂ ਅਤੇ ਹੋਰ ਸਾਡਾ ਆਪਣਾ ਜਨਾਬ ਵਲੌਗ ਅਪਲੋਡ ਕੀਤਾ ਹੋਇਆ ਇਨਫੋਰਮੇਸ਼ਨ ਵਾਲਾ ਦੁਬਈ ਦੇ ਵਿੱਚ ਜਿਹੜੇ ਵਿਜ਼ਿਟ ਵੀਜ਼ੇ ਵਾਲੇ ਹੈਗੇ ਨੇ ਬੰਦੇ ਜਾ ਕੇ ਦੇਖ ਲਿਓ ਤੁਹਾਡੀ ਬੜੀ ਮਿਹਰਬਾਨੀ ਕਮੈਂਟ ਸ਼ਮੈਂਟ ਵੀ ਕਰ ਦਿਓ ਉਹਦਾ ਅਗਰ ਤੁਹਾਨੂੰ ਵਧੀਆ ਲੱਗਿਆ ਕਿਉਂ ਸਲੀਮੇ ਬਿਲਕੁਲ ਅਤੇ ਵਧੀਆ ਤਾਂ ਹੈ ਇਨਫੋਰਮੇਸ਼ਨ ਇਹੋ ਜਿਹਾ ਵਲੌਗ ਤਾਂ ਵੀ ਵਧੀਆ ਇਨਫੋਰਮੇਸ਼ਨ ਇਨਫੋਰਮੇਸ਼ਨ ਨਹੀਂ ਉਹ ਇੱਕ ਤਰ੍ਹਾਂ ਦੀ ਪੜ੍ਹਾ ਸੀ ਲਾ ਲਓ ਅਸੀਂ ਦੇਖਦੇ ਹਾਂ ਬੰਦਿਆਂ ਨੂੰ ਹਾਂ ਉਹ ਇਨਫੋਰਮੇਸ਼ਨ ਤਾਂ ਅਸੀਂ ਕਾਹਦੋਂ ਦੇਣੀ ਹੈ ਮਤਲਬ ਕਿ ਸਾਨੂੰ ਖੁਦ ਨੂੰ ਇੰਨਾ ਨਹੀਂ ਪਤਾ ਅਤੇ ਲੇਕਿਨ ਚੱਲਦਾ ਫਿਰ ਸਾਨੂੰ ਇਹ ਵੀ ਪਤਾ ਕਿ ਸਾਡੀ ਤਾਰੀਫ ਕਿਸ ਨੇ ਕਰਨੀ ਨੇ ਅਸੀਂ ਖੁਦ ਹੀ ਕਰ ਲੈਂਦੇ ਹਾਂ ਬਹਿ ਕੇ ਇੱਥੇ ਮੇਰੀ ਕਰ ਦਿੰਦਾ ਮੈਂ ਇਹਦੀ ਕਰ ਲੈਂਦਾ ਠੀਕ ਆ ਅਤੇ ਹੋਰ ਸੁਣਾਓ ਗੱਲਬਾਤ ਕੋਈ ਆਹ ਟਿਕਟੋਕ ਵਾਲਿਆਂ ਨੇ ਬਹੁਤ ਯਾਰ ਪਾਇਆ ਹੋਇਆ ਗਾ ਬੋਲੇ ਅਤੇ ਜਿਹਦਾ ਜਿੱਥੇ ਜ਼ੋਰ ਲੱਗਦਾ ਲਾਓ ਲਾਉਣਾ ਚਾਹੀਦਾ ਜਿੱਥੇ ਜਿਹਦਾ ਜ਼ੋਰ ਲੱਗਦਾ ਲਾਓ ਪਰ ਸਿੱਧੇ ਵੇ ਨਾਲ ਲਾਓ ਉਹ ਥੋੜ੍ਹਾ ਕਰ ਗਲਤ ਪਾਸੇ ਵਾਲਿਆਂ ਨਾਲ ਲਾਓ ਆਲਵੇਜ਼ ਵਧੀਆ ਤਰੀਕੇ ਨਾਲ ਚੱਲੋ ਅਤੇ ਮੈਂ ਉਹ ਵੀ ਗੁਜ਼ਾਰਿਸ਼ ਹੈ ਉਹ ਮੁੰਡਿਆਂ ਨੂੰ ਜਿਹੜੇ ਆਪਦੀਆਂ ਘਾਲੇ ਦਾ ਗੁੱਟ ਫੜ ਫੜ ਕੇ ਮੂਹਰੇ ਕਰਦੇ ਹਨ ਮੂੰਹ ਕਰਨਾ ਗੁੱਟ ਜੇ ਤੁਸੀਂ ਮੂਹਰੇ ਕਰਨਾ ਹੀ ਹੈ ਨਾ ਕੈਮਰੇ ਦੇ ਉਹਨਾਂ ਨੂੰ ਤਾਂ ਮੂੰਹ ਕਰਨਾ ਉਹਨਾਂ ਦਾ ਠੀਕ ਹੈ ਨਾ ਅਤੇ ਵਿਊਜ਼ ਲਈ ਸਾਰੇ ਕੁਛ ਹੋਰ ਨਾ ਮੂਹਰੇ ਕਰੀ ਆਇਓ ਕਰੀ ਤਾਂ ਜਾਂਦੇ ਆ ਇਹ ਮੈਸੇਜ ਆ ਮਤਲਬ ਤੁਹਾਡੇ ਲਈ ਐਵੇਂ ਕੰਜਰਖਾਨਾ ਪਾਇਆ ਸਮਝ ਨਹੀਂ ਆਉਂਦੀ ਯਾਰ ਬਈ ਜਨਾਨੀ ਨਹੀਂ ਚੱਲੋ ਆਉਂਦੀ ਵਿਊਜ਼ ਲਈ ਠੀਕ ਆ ਭਾਈ ਲੱਗੀ ਹੋਈ ਜਾਂਦਾ ਔਰ ਅੱਜ ਤਾਂ ਸਿਰਫ ਇੱਕ ਵੀਡੀਓ ਪਾ ਕੇ ਮਤਲਬ ਦੱਸ ਹੀ ਸਕਦਾ ਵੀ ਲੁੱਕਸ ਨੋਟ ਗੁੱਡ ਜ਼ਮੀਰ ਸਾਰੇ ਅਣਖੀ ਅਣਖੀ ਲੋਕ ਤਾਂ ਨਹੀਂ ਪਾਉਣਗੇ ਸਲੀਮ ਅਣਖ ਸਾਲੀ ਮਰ ਗਈ ਮੈਂ ਕਹਿੰਦਾ ਲੋਕਾਂ 'ਚ ਅੱਜ ਅੱਜ ਕੱਲ੍ਹ ਜਿੰਨਾ ਚਿਕਰ ਤੁਰੀ ਜਾਂਦੀ ਆ ਤਾਂ ਕੈਮਰਾ ਚੱਲੀ ਜਾਊਗਾ ਪਿੱਛੋਂ ਤੇ ਜਦੋਂ ਮੁੜਦੀ ਆ ਕੈਮਰਾ ਰਹਿੰਦੇ ਨੀ ਕੈਮਰਾ ਰਹਿੰਦਾ ਹੀ ਇੱਥੇ ਥੱਲੇ ਭਾਈ ਉਹਨਾਂ ਨੂੰ ਲੱਗਿਆ ਵੀ ਮੂੰਹ ਹੀ ਇਹੀ ਆ ਔਰ ਜਿਹੜੇ ਵਿਆਹੇ ਹੋਏ ਆ ਨਵੇਂ ਨਵੇਂ ਵਿਆਹ ਵਾਲੇ ਨਾ ਉਹ ਤਾਂ ਬਾਈ ਆਪਦੇ ਬੈਡਰੂਮਾਂ ਤਾਂ ਕੈਮਰਾ ਲੈ ਗਏ ਆ ਹਾਂ ਔਖਾ ਉਹ ਸੌਣ ਲੱਗੇ ਉੱਠਣ ਲੱਗੇ ਸਾਰਾ ਕਰਨ ਲੱਗੇ ਹੁਣ ਬਣਾ ਹੀ ਲੈਂਦੇ ਆ ਫਿਰ ਕਹਿੰਦੇ ਲੀਕ ਹੋ ਗਈ ਹਾਲੇ ਡਿਟੇਲਡ ਵੀਡੀਓ ਨਹੀਂ ਬਣਾਉਣ ਲੱਗੇ ਜਿੱਦਣ ਡਿਟੇਲਡ ਬਣਾਈ ਫੋਟੋਆਂ ਲਾ ਕੇ ਵੀ ਕਿਹੜਾ ਕਿਹੜਾ ਕਪਲ ਇੱਥੇ ਗੰਦ ਪਾਉਂਦਾ ਮਤਲਬ ਟਿਕਟੋਕ 'ਤੇ ਆ ਕੇ ਜਾਂ ਰੀਲਸ 'ਤੇ ਇੰਸਟਾ 'ਤੇ ਜਾਂ ਫੇਸਬੁੱਕ 'ਤੇ ਅਤੇ ਵਿਊਜ਼ ਤਾਂ ਦੇਖੋ ਯਾਰ ਤੁਸੀਂ ਅੱਛਾ ਕੰਟੈਂਟ ਵੀ ਪਾਓ ਤਾਂ ਤੁਹਾਨੂੰ ਮਿਲ ਜਾਣੇ ਐਕਸੀਡੈਂਟ ਹੋ ਗਿਆ ਠੀਕ ਹੈ ਤਿੰਨ ਗੱਡੀਆਂ ਠੋਕ ਗਈਆਂ ਬਾਈ ਹਾਂ ਤਿੰਨ ਠੋਕ ਟੱਕ 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 ਫਿਲੀਆਂ ਨੇ ਠੋਕਤੀਆਂ ਆਪਸ ਵਿੱਚ ਇੱਕ ਹੀ ਗਰੁੱਪ ਦੇ ਬੰਦੇ ਲੱਗਦੇ ਇੱਕ ਹੀ ਗਰੁੱਪ ਦੇ ਇੱਕ ਦੂਜੇ ਦੇ ਪਿੱਛੇ ਜਾਂਦੇ ਹੋਣੇ ਟਿਕ ਟਿਕ ਕਰਕੇ ਮਾਰੀਆਂ ਉਹਨਾਂ ਨੇ ਅਤੇ ਇਹ ਮੈਸੇਜ ਆ ਮਤਲਬ ਸਾਡਾ ਮੁੰਡਿਆਂ ਨੂੰ ਸਪੈਸ਼ਲ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਘਰ ਵਾਲੀ ਪਹਿਲਾਂ ਹੀ ਨੱਚਦੀ ਗਾਉਂਦੀ ਆਉਂਦੀ ਆ ਤਾਂ ਉਹਨੂੰ ਹੋਰ ਨਾ ਲਾਓ ਉਹਨੂੰ ਰੋਕੋ ਭਾਈ ਠੀਕ ਆ ਤੂੰ ਸਹੀ ਤਰੀਕੇ ਨਾਲ ਨੱਚੋ ਕੋਈ ਨਹੀਂ ਨੱਚੋ
ਸਹੀ ਗੱਲ ਆ ਵੀ ਕੀ ਕਹਿਣ ਲੱਗੇ ਨੱਚਣਾ ਗਾਉਣਾ ਕੋਈ ਮਾੜੀ ਗੱਲ ਨਹੀਂ ਮਾੜਾ ਨਹੀਂ ਗਾ ਏਦਾਂ ਨੀ ਵੀ ਜਵਾਨੀ ਨੇ ਨੱਚਣਾ ਗਾਉਣਾ ਨੀ ਬੁੜੀ ਨੇ ਨੱਚਣਾ ਗਾਉਣਾ ਨੀ ਏਦਾਂ ਵੀ ਕੋਈ ਗਲਤ ਨਾ ਲੈ ਲਵੇ ਉਹ ਮੀਨਸ ਨੱਚਣਾ ਹੱਥਾਂ ਬਾਹਾਂ ਨਾਲ ਹੁੰਦਾ ਕਹਿ ਰਹਾ ਵੀ ਉਹ ਮੂੰਹ ਦਿਖਾਉਣਾ ਮੂੰਹ ਦਿਖਾਉਣਾ ਮੂਵਮੈਂਟ ਦਿਖਾਉਣੀ ਲੱਤਾਂ ਬਾਹਾਂ ਦੀ ਹਨਾ ਉੱਥੇ ਕੈਮਰਾ ਬੱਜਦੇ ਨੀ ਦਿਖਾਈ ਕੁਛ ਹੋਰ ਜਾਂਦੇ ਆ ਆਹੀ ਚੀਜ਼ ਤੋਂ ਹੈਗਾ ਵੀ ਚੱਲ ਸਾਡੀਆਂ ਕਿਹੜਾ ਲੱਗਦੀਆਂ ਕੁਛ ਜਾਂ ਸਾਨੂੰ ਦੁੱਖ ਲੱਗਦਾ ਲੇਕਿਨ ਹੁਣ ਸਾਰੇ ਸੋਸ਼ਲ ਮੀਡੀਆ ਤੇ ਪਲੇਟਫਾਰਮ ਇੱਕੋ ਹੀ ਆ ਯੂਜ਼ ਕਰਦੇ ਆ ਸਾਰੇ ਅਗਲਾ ਕੋਈ ਅਸੀਂ ਦੇਖਦੇ ਆ ਤਾਂ ਆਪਾਂ ਬੋਲ ਵੀ ਸਕਦੇ ਆ ਆਪਾਂ ਦੇਖ ਸਕਦੇ ਇਹ ਨਾ ਸੋਚੋ ਵੀ ਬਾਈ ਤੁਸੀਂ ਸਕਿੱਪ ਕਰ ਦਿਓ ਤੁਸੀਂ ਨਾ ਦੇਖੋ ਮੈਂ ਉਹ ਫਿਰ ਉਹੋ ਜਿਹਾ ਹੀ ਆਨਸਰ ਕਰੂੰ ਉਹਨਾਂ ਨੂੰ ਜਿਹੋ ਜਿਹੇ ਕਮੈਂਟ ਕਰਨਗੇ ਤੇ ਇਹ ਚੀਜ਼ ਤੁਸੀਂ ਸੰਭਲਣੀ ਆ ਥੋੜ੍ਹਾ ਸੰਭਲੋ ਕੁੜੀਆਂ ਵੀ ਸੰਭਲਣ ਜ਼ਿਆਦਾ ਹੈ ਇਹ ਗੁਰੇਜ਼ ਕਰਨਾ ਤੁਸੀਂ ਇਹ ਚੀਜ਼ਾਂ ਤੋਂ ਹੋਰ ਬਚੋ ਕੁੜੀਆਂ ਲਈ ਸਪੈਸ਼ਲ ਮੈਸੇਜ ਆ ਬਚੋ ਆਪਦੇ ਬੋਏਫ੍ਰੈਂਡਾਂ ਤੋਂ ਉਹਨਾਂ ਦੇ ਭਲੇਸੇ ਜੇ ਚਲਾਓ ਵੀਡੀਓ ਛੀੜੀਓ ਫੋਨਾਂ ਤੋਂ ਬਚੋ ਉਹਨਾਂ ਤੋਂ ਬਚਣ ਦੀ ਲੋੜ ਨਹੀਂ ਫੋਨਾਂ ਤੋਂ ਬਚੋ ਅੱਜ ਕੱਲ੍ਹ ਬਹੁਤ ਵੀਡੀਓ ਲੀਕ ਹੋ ਰਹੀਆਂ ਤਾਂ ਬਚੋ ਟਰਸਟ ਨਾ ਕਰੋ ਕਿਸੇ ਤੇ ਟਰਸਟ ਨਾ ਕਰੋ ਇੱਕ ਝਟਕੇ ਜੀ ਫੇਰ ਖਰਾਬ ਹੋ ਜਾਂਦੀ ਹੈ ਜ਼ਿੰਦਗੀ ਖਰਾਬ ਠੀਕ ਆ ਤੇ ਮੇਰੀ ਬਾਂਹ ਥੱਕ ਗਈ ਫੋਨ ਫੜ ਕੇ ਮੇਰੇ ਤੋਂ ਸੌਂ ਲੱਗੇ ਲੈ ਕੇ ਬੜਾ ਫੋਨ ਸਾਡੇ ਫੋਲੋਅਰ ਇੰਨੇ ਹੋਏ ਨਹੀਂ ਸਾਨੂੰ ਬੰਦਾ ਰੱਖਣਾ ਪੈਣਾ ਚਾਹੀਦੀ ਇਹਦੀ ਫੋਲੋ ਬਣਾ ਸਾਡੀ ਕਾ ਫੜਿਆ ਨਹੀਂ ਜਾਂਦਾ ਇੱਥੇ ਰੱਖ ਲੈਂਦੇ ਆ ਹਨਾ ਤੇ ਸਪੋਰਟ ਲਾ ਲਈ ਹੁਣ ਆਪਾਂ ਗੋਡੇ ਦੀ ਤੇ ਇੱਦਾਂ ਹੀ ਕਮਿਊਨਿਟੀ ਨੂੰ ਗੋਡੇ ਦੀ ਲੋੜ ਆ ਜਿਹੜੀ ਜਿਹੜੀ ਮਤਲਬ ਜਨਾਨੀਆਂ ਨੂੰ ਮੂਹਰੇ ਸੈੱਟ ਕੇ ਵਿਊਜ਼ ਭਾਲਦੀ ਹਨ ਉਹਨਾਂ ਨੂੰ ਥੋੜੀ ਜਿਹੀ ਲੋੜ ਆ ਕਪਲ ਕਪਲ ਦੀ ਵੀ ਬਹੁਤ ਵਧੀਆ ਵੀਡੀਓ ਆਉਂਦੀਆਂ ਨੇ ਐਪਰੀਸ਼ੀਏਟ ਕਰਦੇ ਆ ਉਹਨਾਂ ਦਾ ਕੰਟੈਂਟ ਵੀ ਹੁੰਦਾ ਵਾ ਬਥੇਰੀਆਂ ਵਧੀਆ ਆਉਂਦੀਆਂ ਵਾ ਨੱਚਦੀਆਂ ਗਾਉਂਦੀਆਂ ਵਧੀਆ ਵੀ ਉਹ ਟੈਲੈਂਟ ਹੀ ਦਿਖਾਉਂਦੇ ਆ ਆਪਦਾ ਜੋ ਵੀ ਚਾਹੇ ਬੋਲਣ ਵਾਲਾ ਚਾਹੇ ਗਾਉਣ ਵਾਲਾ ਚਾਹੇ ਨੱਚਣ ਵਾਲਾ ਠੀਕ ਆ ਪਰ ਜਿੰਨਾ ਕੋਲ ਟੈਲੈਂਟ ਨਹੀਂ ਇੱਕ ਹਾਂ ਸੱਚ ਕੁੜੀਆਂ ਪਲੀਜ਼ ਤੁਹਾਨੂੰ ਉਹ ਕਿਹੜੀ ਪੈਂਟ ਕਹਿੰਦੇ ਆਪਾਂ ਇਹਨਾਂ ਨੂੰ ਲੈਗਿੰਗ ਲੈਗੀ ਕਹਿੰਦੇ ਹੋ ਲੈਗੀ ਹਾਂ ਹਾਂ ਆ ਹੁਣ ਚੱਲਿਆ ਬਈ ਲੈਗੀ ਜੀ ਬਈ ਇਹਨਾਂ ਨੇ ਗਰੰਟਡ ਲੈ ਲਈ ਉਹੀ ਹਰ ਜਗ੍ਹਾ ਉਹ ਲੈਗੀ ਪਾਓ ਤੁਸੀਂ ਜੀ ਸਾਦ ਕੇ ਥੋੜਾ ਜਿਹਾ ਉਹ ਵੀ ਦੇਖਣਾ ਮਤਲਬ ਹੁਣ ਅਸੀਂ ਫੈਸ਼ਨ ਤੇ ਤੁਸੀਂ ਕਹੋਗੇ ਤੁਸੀਂ ਬਹੁਤ ਹੋ ਬਈ ਬੁੜੀਆਂ ਨੂੰ ਕੁੜੀਆਂ ਨੂੰ ਬੌਂਡ ਵਿੱਚ ਰੱਖਣਾ ਚਾਹੁੰਦੇ ਹੋ ਤੇ ਉਹ ਵੀ ਨਾ ਲਿਓ ਇਹਨੂੰ ਤੇ ਜਿਮ ਜਾ ਕੇ ਤੇ ਜਿਮ ਹੀ ਲਾਇਆ ਕਰੋ ਹਰ ਜਗ੍ਹਾ ਥੋੜੀ ਵਿਆਹ ਸ਼ਾਦੀ ਦੀ ਵੀ ਅੱਜ ਕੱਲ੍ਹ ਤਾਂ ਲੈਗੀ ਹਾਂ ਤੇ ਜਿਮ ਜਾ ਕੇ ਜਿਮ ਹੀ ਲਾਇਆ ਕਰੋ ਠੀਕ ਹੈ ਨਾ ਮੇਰਾ ਮਤਲਬ ਤਾਂ ਸਮਝ ਹੀ ਗਏ ਉਹਨਾਂ ਤੁਸੀਂ ਤੇ ਲੱਗਦਾ ਨੀ ਫਿਰ ਜਿਮ ਦੂਜਿਆਂ ਦਾ ਜਿਮ ਨਾ ਖਰਾਬ ਕਰਿਆ ਕਰੋ ਸਪੈਸ਼ਲ ਹੋਣੇ ਆ ਹਾਂ ਤਾਂ ਬਹੁਤ ਟੌਪਿਕ ਨੇ ਬਾਬੇ ਉਹ ਜਿਹੜੀਆਂ ਕੁੜੀਆਂ ਕਹਿੰਦੀਆਂ ਨੇ ਸਾਨੂੰ ਫਰੀਡਮ ਨਹੀਂ ਮਿਲੀ ਪੰਜਾਬ 'ਚ ਬਾਹਰ ਜਾ ਕੇ ਜਿਹੜੇ ਕੈਨੇਡਾ ਵੀਜ਼ਾ ਲਵਾ ਕੇ ਜਿਹੜੇ ਫਰੀਡਮ ਲੈਣੀ ਹੈ ਨਾ ਤੁਸੀਂ ਵੀਡੀਓ ਆ ਜਾਂਦੀਆਂ ਉਹ ਫਰੀਡਮ ਥੋੜ੍ਹਾ ਗੂਗਲ 'ਚ ਜਾ ਕੇ ਨਾ ਉਹ ਮਾਰਿਓ ਸਰਚ ਫਰੀਡਮ ਆ ਬਾਈ ਉਨੀ ਕਿਤੇ ਹੈ ਨਹੀਂ ਗੂਗਲ 'ਤੇ ਜਾ ਕੇ ਗੂਗਲ 'ਤੇ ਜਾਓ ਸਰਚ ਮਾਰੋ ਇੰਸਟਾ ਗਰਲ ਲੀਗਡ MMS ਤੁਹਾਨੂੰ ਮਿਲ ਜਾਣਗੀਆਂ ਕਿਹੜੀਆਂ ਕਿਹੜੀਆਂ ਜਾ ਕੇ ਕਹਿੰਦੀਆਂ ਫਰੀਡਮ ਨਹੀਂ ਮਿਲੀ ਪੰਜਾਬ 'ਚ ਅਤੇ ਸਾਨੂੰ ਉੱਥੇ ਜਾ ਕੇ ਫਰੀਡਮ ਮਿਲ ਗਈ ਆ ਪਤਾ ਨਹੀਂ ਕਿਹੜੀ ਫਰੀਡਮ ਚਾਹੀਦੀ ਆ ਭਾਜੀ ਥੋੜ੍ਹਾ ਬਚ ਕੇ ਸਾਰਾ ਕੁਛ ਹੈ ਨਹੀਂ ਮਤਲਬ ਪੈਸਾ ਹੀ ਨਹੀਂ ਹੁੰਦਾ ਸਾਰਾ ਠੀਕ ਹੈ ਜ਼ਰੂਰੀ ਹੋ ਗਿਆ ਇੰਪੋਰਟੈਂਟ ਹੋ ਗਿਆ ਮਤਲਬ ਸਾਰੀ ਚੀਜ਼ ਹੈ ਨਾ ਪੈਸੇ ਬਿਨਾਂ ਕੁਛ ਚੱਲਦਾ ਨਹੀਂ ਲੇਕਿਨ ਹੱਥ ਪੈਰ ਵੀ ਰੱਬ ਨੇ ਤਾਂ ਹੀ ਦਿੱਤੇ ਆ ਦਿਮਾਗ ਦਿੱਤਾ ਵਾ ਗੰਦ ਆ ਯਾਰ ਘਟਾਓ ਏਦਾਂ ਨਹੀਂ ਸਾਰਿਆਂ ਲਈ ਵੀ ਨਹੀਂ ਸਾਰੀਆਂ ਬਹੁਤ ਕੁੜੀਆਂ ਨੇ ਜਿਹੜੀਆਂ ਕੰਟੈਂਟ ਕ੍ਰੀਏਟਰ ਨੇ ਅੱਛਾ ਜਿਹੜੀਆਂ ਕੁੜੀਆਂ ਬਿਊਟੀ ਬਾਰੇ ਦੱਸਦੀਆਂ ਮੇਕਅਪ ਕਰਕੇ ਦੱਸਦੀਆਂ ਉਹ ਵੀ ਅੱਛਾ ਕੰਟੈਂਟ ਠੀਕ ਆ ਜਿਹੜੀ ਕੁੜੀਆਂ ਫੈਸ਼ਨ ਡਿਜ਼ਾਈਨ ਦਾ ਡਰੈਸ ਦੱਸਦੀਆਂ ਨੇ ਜੁਐਲਰੀ ਸੇਲ ਕਰਦੀਆਂ ਨੇ ਔਰ ਉਹਨਾਂ ਨੂੰ ਹੋਰ ਉਹ ਵੀ ਵਧੀਆ ਕੰਟੈਂਟ ਆ ਸਹੀ ਆ ਨਾ ਅਤੇ ਜਿਹੜੀਆਂ ਕੁੜੀਆਂ ਜਿੰਮ ਜਾ ਕੇ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਐਕਸਰਸਾਈਜ਼ ਕਰਦੀਆਂ ਨੇ ਉਹ ਵੀ ਵਧੀਆ ਔਰ ਵਰਕਆਊਟ ਵੀ ਦਿਖਾਉਂਦੀਆਂ ਨੇ ਵਰਕਆਊਟ ਹਾਂ ਵਰਕਆਊਟ ਕਰਕੇ ਉਹ ਵੀ ਵਧੀਆ ਨੇ ਮਤਲਬ ਬਹੁਤ ਸਾਰੀਆਂ ਕੁੜੀਆਂ ਵਧੀਆ ਕੰਮ ਕਰਦੀਆਂ ਨੇ ਲੇਕਿਨ ਕੁਛ ਕੁ ਜਿਨ੍ਹਾਂ ਨੂੰ ਪਤਾ ਵੀ ਸਾਡੇ ਅਸੀਂ ਸਕੂਲ ਵੀ ਨਹੀਂ ਕੀਤਾ ਉਹ 'ਚ ਵੀ ਨੈਲਾ ਉਹ 'ਚ ਵੀ ਜ਼ੀਰੋ ਆ ਸਾਨੂੰ ਗੱਲ ਕਰਨ ਦਾ ਵੀ ਨਹੀਂ ਪਤਾ ਜਿਵੇਂ ਕੱਲ੍ਹ ਪਰਸੋਂ ਤਰਨ ਤਰਨ ਦੀ ਕੁੜੀ ਐਜ਼ ਵੈਲ ਐਜ਼ ਕਰਨ ਲੱਗੀ ਹੋਈ ਸੀ ਠੀਕ ਆ ਐਜ਼ ਵੈਲ ਐਜ਼ ਕੱਪੜੇ ਬਹੁਤ ਸੋਹਣੇ ਆ ਐਜ਼ ਵੈਲ ਐਜ਼ ਕੱਪੜੇ ਬਹੁਤ ਸੋਹਣੇ ਆ ਅਤੇ ਉੱਦਾਂ ਪਤਾ ਹੁੰਦਾ ਇਹਨਾਂ ਨੂੰ ਵੀ ਸਾਡੇ ਪਰਲੇ ਹੋਰ ਕੁਛ ਨਹੀਂ ਸਾਡੇ ਕੋਲ ਇਹੀ ਕੁਛ ਆ ਦਿਖਾਉਣ ਨੂੰ ਲੈਸ ਡੂ ਇਟ ਉਹ ਫਿਰ ਦਿਖਾਉਂਦੀਆਂ ਇੱਦਾਂ ਕਰਕੇ ਥੋੜ੍ਹਾ ਜਿਹਾ ਘੈਂਟ ਤਰੀਕੇ ਨਾਲ ਰਹਿਣਾ ਅਣਖ ਰਹੇਗਾ ਪੰਜਾਬ 'ਚ ਆਉਂਦੇ ਆ ਮਤਲਬ ਚਾਹੇ ਕੋਈ ਵੀ ਥੋੜ੍ਹੀ ਉਹ ਹਿਸਾਬ ਨਾਲ ਚੱਲੋ ਜਿਹੜੇ ਹਿਸਾਬ ਨਾਲ ਬਾਹਰਲੇ ਤੁਹਾਨੂੰ ਰਿਲਾਈਜ਼ ਨਹੀਂ ਹੋਣਾ ਪੰਜਾਬੀਆਂ ਦੀ ਬੁੱਕਤ ਬਹੁਤ ਆ ਬਾਹਰ ਦੂਜੀਆਂ
ਦੂਜੀਆਂ ਸਟੇਟਾਂ ਦੂਜੀਆਂ ਕੰਟਰੀਆਂ ਪੰਜਾਬੀਆਂ ਦੀ ਵੈਲਿਊ ਬਹੁਤ ਕਰਦੀਆਂ ਨੇ, ਹੁਣ ਉਹ ਵੈਲਿਊ ਘਟਦੀ ਜਾ ਰਹੀ ਹੈ। ਹਾਂ, ਆਪਣੇ ਲੋਕਾਂ ਦੀ ਆਪਦੀਆਂ ਕਮੀਆਂ ਗਲਤੀਆਂ ਕਰਕੇ। ਦੁਬਈ 'ਚ ਤਾਂ ਚਿੱਟੇ ਵਾਲਿਆਂ ਨੇ ਕਰਤੀ, ਜਿਹੜੇ ਉੱਥੋਂ ਚਿੱਟਾ ਲਾਉਂਦੇ ਆਉਂਦੇ ਆ ਤੇ ਇੱਥੇ ਵੀ ਲੱਗਦਾ ਚਿੱਟਾ, ਠੀਕ ਆ, ਉਹ ਉਹਨਾਂ ਨੇ ਕਰਤੀ, ਉਹ ਸਾਰਾ ਸਤਿਆਨਾਸ਼ ਜਿਹਾ ਕੀਤਾ ਹੋਇਆ ਸਿਸਟਮ। ਲੇਕਿਨ ਥੋੜ੍ਹਾ ਧਿਆਨ ਨਾਲ ਬਚੋ। ਚਲੋ ਜੀ, ਮਿਲਦੇ ਹਾਂ ਛੋਟੀ ਜਿਹੀ ਵੀਡੀਓ, ਹੋਪ ਸੋ ਤੁਹਾਨੂੰ ਵਧੀਆ ਲੱਗੀ ਹੋਊ। ਥੋੜ੍ਹਾ ਬੋਲ ਜਾਂਦੇ ਹਾਂ ਲੇਕਿਨ ਸਾਨੂੰ ਲੱਗਦਾ ਵੀ ਗਲਤ ਨਹੀਂ ਕੁਛ ਬੋਲਦੇ, ਕੋਈ ਇਹ ਵੀ ਨਹੀਂ ਅਸੀਂ ਬਣਾ ਕੇ ਗੱਲਾਂ ਕਰਦੇ, ਸਾਡੇ ਬੈਠੇ ਬੈਠੇ ਦੇ ਜੋ ਟੌਪਿਕ ਚੱਲਦਾ ਅਸੀਂ ਦੋ ਗੱਲਾਂ ਕਰਦੇ ਹਾਂ, ਦੋਨੇ ਹੀ ਭਾਈ ਇਕੱਠੇ ਰਹਿੰਦੇ ਹਾਂ। ਹਾਂ, ਅਸੀਂ ਦੋਨੇ ਗੱਲਾਂ ਕਰਦੇ, ਜਿਹੜਾ ਟੌਪਿਕ ਅਸੀਂ ਛੱਡ ਆਉਂਦਾ ਅਸੀਂ ਅੱਜ ਕੱਲ੍ਹ ਵੀਡੀਓ ਬਣਾ ਲੈਂਦੇ ਹਾਂ ਉਹ ਟੌਪਿਕ। ਕੋਈ ਆਪਣਾ ਇੱਕ ਪੰਜਾਬੀ ਰੋਸਟ ਕਰਦਾ ਨਾ, ਰੋਸਟਿੰਗ ਵੀਡੀਓ ਨਹੀਂ ਕੀ ਇਹ, ਥੋੜੀ ਇਨਫੋਰਮੇਸ਼ਨ ਲਾ ਲਓ ਜਾਂ ਅਵੇਅਰਨੈਸ ਲਾ ਲਓ ਜਾਂ ਪੜਾਸ ਲਾ ਲਓ ਦਿਲ ਦੀ, ਜਿਵੇਂ ਇਹਨੇ ਥੋੜਾ ਟਾਈਮ ਪਹਿਲਾਂ ਕਿਹਾ ਪੜਾਸ ਹੀ ਆ ਇਹ, ਪੜਾਸ ਹੀ ਆ ਦਿਲ ਦੀ ਵੀ ਯਾਰ ਕੀ ਹੋ ਰਿਹਾ, ਇੱਡੀ ਛੇਤੀ ਇੰਨਾ ਛੇਤਾ ਛੇਤੀ ਬੇੜਾ ਗਰਕ ਹੋ ਰਿਹਾ ਵਾ। ਬਸ ਉਹੀ ਆ, ਕੋਈ ਇਹ ਨਹੀਂ ਗਾ ਵੀ ਕਿਸੇ ਨੂੰ ਰੋਸਟ ਕੀਤਾ ਜਾਂ ਕਿਸੇ ਨੂੰ ਆਹ ਕੀਤਾ ਉਹ ਕੀਤਾ। ਰੋਸਟ ਵਾਲੇ ਆਪਣੇ ਪੰਜਾਬੀ ਮੁੰਡੇ ਹੈਗੇ ਆ, ਬਹੁਤ ਘੈਂਟ ਕਰਦੇ ਆ ਸਭ ਹੈਗੇ, ਦੋ ਚਾਰ ਮੁੰਡੇ ਜਿਹੜੇ ਰੋਸਟ ਕਰਦੇ ਆ ਪੂਰੀ ਹੱਥ ਦੀ ਕਰਾਉਂਦੇ ਆ, ਉਹ ਇਟਲੀ ਦੇ ਸ਼ਾਇਦ ਯਾਰ ਮੁੰਡੇ, ਉਹ ਬੜੇ ਘੈਂਟ ਕਰਦੇ ਆ, ਉਹਨਾਂ ਦੀ ਆਪਲ ਮਾਰਦਾ, ਉਹਨਾਂ ਦੀ ਘੈਂਟ ਲਾ ਦੀ ਯਾਰ ਰੋਸਟਿੰਗ ਆਪਾਂ ਨੂੰ, ਤੇ ਉਹ ਕਰਨ ਨੂੰ ਹੈਗੇ ਆ ਮੁੰਡੇ ਪੰਜਾਬੀ, ਲੇਕਿਨ ਆਪਾਂ ਥੋੜ੍ਹੀ ਪੜਾਸ ਹੀ ਕੱਢੀ ਦਿਲ ਦੀ। ਚਲੋ ਫਿਰ ਮਿੱਤਰੋ, ਬਾਬਾ ਇਸ ਹੋਪ ਸੋ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ, ਮਿਲਦੇ ਹਾਂ ਟਿਕਟੋਕ ਤੇ ਇੰਸਟਾ ਤੇ ਡੂਬਰੋ ਦੇ ਨਾਮ, ਡੂਬਰੋ ਵਲੌਗ ਦੇ ਨਾਮ ਨਾਲ ਇੰਸਟਾ ਤੇ ਜਾ ਕੇ ਤੇ ਟਿਕਟੋਕ ਤੇ ਜਾ ਕੇ, ਨਾ ਨਿਕਲਿਆ ਨਾ ਮੈਂ ਨਿਕਲ, ਤੇ ਪਲੀਜ਼ ਤੁਹਾਨੂੰ ਫੋਲੋ ਕਰ ਲਿਓ ਤੇ ਵੀਡੀਓਜ਼ ਦੇਖਣੇ ਦੇਖੇ, ਤੁਹਾਡੀ ਬੜੀ ਮਿਹਰਬਾਨੀ। ਬਾਬਾ ਆਪਾਂ ਨੂੰ ਹੈਗੀ ਛੁੱਟੀ ਸਾਨੂੰ ਗੱਲ ਨੂੰ, ਤੇ ਰਾਤ ਦੇ ਵੱਜਦੇ 11, ਉਹ ਫੈਮਲੀ ਵਾਲੇ ਬੰਦੇ ਆਪਾਂ ਤੇ 11 ਵਜੇ ਘਰੇ ਪਹੁੰਚਦੇ, ਮਤਲਬ ਠੀਕ ਆ, ਬੜਾ ਲੇਟ ਨਹੀਂ, ਨਹੀਂ ਤਾਂ ਅਸੀਂ ਦੋ ਦੋ ਤਿੰਨ ਤਿੰਨ ਤਾਂ ਬਿਜਾਈ ਦੇਈਦੇ ਆ। ਕਲਿੱਪਾਂ ਆਪਾਂ ਇੱਕ ਦੋ ਲਾ ਦਾਂਗੇ ਮੂਹਰੇ, ਉਹ ਦੇਖ ਲਿਓ ਵੀ ਆਪਾਂ ਕਿੱਥੋਂ ਨਿਕਲ ਕੇ ਆਏ ਹਾਂ, ਇਹ ਵਧੀਆ ਐਕਸਪੀਰੀਅੰਸ ਸੀਗਾ ਨੋਰਮਲੀ। ਹੋਰ ਸੁਣਾ ਫਿਰ ਕਿੱਦਾਂ, ਹੁਣ ਰਾਤ ਦੇ ਆਪਾਂ ਰੋਟੀ ਵੀ ਖਾਣੀ ਆ ਨਾ, ਮੈਨੂੰ ਤਾਂ ਭੁੱਖ ਨਹੀਂ ਹੈਗੀ ਹੁਣ ਇਸ ਵਾਰ, ਤੇ ਕੀ ਖਾਣੀ ਰੋਟੀ, ਹੋਰ ਸੁਣਾਓ ਕਿੱਦਾਂ ਗੱਲਬਾਤ। ਹੋਪ ਸੋ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊ, ਨਿੱਕਾ ਜਿਹਾ ਵਲੌਗ ਆ ਸਾਡਾ, ਤੁਹਾਨੂੰ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣ ਤਾਂ ਕਮੈਂਟ ਅਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਤੱਕ ਵੀ, ਮਤਲਬ ਜੋ ਜਿਹਨੂੰ ਸੁਣਾਉਣੀ ਹੈ ਤੁਸੀਂ ਗੱਲ, ਆਪਾਂ ਟੌਕ ਬਹੁਤ ਘੈਂਟ ਕੀਤਾ ਹੋਇਆ ਉਹਦੇ ਵਿੱਚ, ਠੀਕ ਆ ਨਾ, ਓਕੇ ਬਾਬਾਸ, ਗੁੱਡ ਨਾਈਟ।